जथेदार हवारा सिंह नूं लै के वड्डी खबर सामने आ रही है। दस दिए कि जथेदार ध्यान सिंह मंड अज हवारा नाल मुलाकात करन गए सी, पर उन्हां दी जिहड़ी मुलाकात आ नहीं हुई, ते जिस तों बाद काफ़ी इतराज भी जताया गया, परंतु हजे तक कोई कारण नहीं दस्या गया कि जगतार सिंह हवारा दे नाल उन्हां दी जिहड़ी मुलाकात आ क्यों नहीं हुई। ते सूत्रां मुताबक वड्डी खबर सामने आ रही है, परंतु इस गल नूं लै के साडा चैनल कोई पुष्टि नहीं करता। ते इह वड्डी खबर है जिहड़ी अज जगतार सिंह हवारा नूं लै के सामने आ रही है। बीते दिनों तो ही जथेदार हवारा सिंह नूं लै के रिहाई नूं लै के जिहड़ी मंग आ ओह कीती जा रही है, ते मोहाली दे विच मोर्चा जिहड़ा ओह भी लगाया गया है, ते सिंघां दे वल्लों वड्डा प्रदर्शन आ जिहड़ा सरकारां दे खिलाफ कीता गया, ते सिंघां नूं लै के जिहड़ी मंग आ ओह कीती जा रही है कि रिहा जिहड़े साडे सिंघ आ कीते जाण। अते अज इह वड्डी खबर जथेदार हवारा सिंह नूं लै के सामने आई है कि ध्यान सिंह मंड जिहड़े जथेदार ओह अज मिलण दे लई गए सी, परंतु जगतार सिंह हवारा दे नाल जिहड़ी मुलाकात आ नहीं होई, ते जिस तों बाद ओह ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਾਫੀ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਹੈ, ਪਰ ਜਗਤਾਰ ਸਿੰਘ ਹਵਾਰਾ ਦੇ ਨਾਲ ਉਹਨਾਂ ਦੀ ਮੁਲਾਕਾਤ ਕਿਉਂ ਨਹੀਂ ਹੋਈ, ਇਸ ਦਾ ਕੋਈ ਨਿੱਜੀ ਕਾਰਨ ਹਜੇ ਤੱਕ ਨਹੀਂ ਪਤਾ ਲੱਗਿਆ, ਤੇ ਇਹ ਵੱਡੀ ਖਬਰ ਹੈ ਜਿਹੜੀ ਅੱਜ ਸਾਹਮਣੇ ਆ ਰਹੀ ਹੈ। ਤੇ ਜਿਸ ਤੋਂ ਬਾਅਦ ਕਾਫੀ ਇਤਰਾਜ਼ ਵੀ ਜਤਾਇਆ ਗਿਆ, ਪਰੰਤੂ ਹਜੇ ਤੱਕ ਕੋਈ ਕਾਰਨ ਨਹੀਂ ਦੱਸਿਆ ਗਿਆ ਕਿ ਜਗਤਾਰ ਸਿੰਘ ਹਵਾਰਾ ਦੇ ਨਾਲ ਉਹਨਾਂ ਦੀ ਜਿਹੜੀ ਮੁਲਾਕਾਤ ਆ ਕਿਉਂ ਨਹੀਂ ਹੋਈ। ਤੇ ਸੂਤਰਾਂ ਮੁਤਾਬਕ ਵੱਡੀ ਖਬਰ ਆ ਸਾਹਮਣੇ ਆ ਰਹੀ ਹੈ, ਪਰੰਤੂ ਇਸ ਗੱਲ ਨੂੰ ਲੈ ਕੇ ਸਾਡਾ ਚੈਨਲ ਕੋਈ ਪੁਸ਼ਟੀ ਨਹੀਂ ਕਰਦਾ, ਤੇ ਇਹ ਵੱਡੀ ਖਬਰ ਹੈ ਜਿਹੜੀ ਅੱਜ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਬੀਤੇ ਦਿਨਾਂ ਤੋਂ ਹੀ ਜਥੇਦਾਰ ਹਵਾਰਾ ਸਿੰਘ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ, ਤੇ ਮੋਹਾਲੀ ਦੇ ਵਿੱਚ ਮੋਰਚਾ ਜਿਹੜਾ ਉਹ ਵੀ ਲਗਾਇਆ ਗਿਆ ਹੈ, ਤੇ ਸਿੰਘਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਆ ਜਿਹੜਾ ਸਰਕਾਰਾਂ ਦੇ ਖਿਲਾਫ ਕੀਤਾ ਗਿਆ, ਤੇ ਸਿੰਘਾਂ ਨੂੰ ਲੈ ਕੇ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ ਕਿ ਰਿਹਾ ਜਿਹੜੇ ਸਾਡੇ ਸਿੰਘ ਆ ਕੀਤੇ ਜਾਣ। ਅਤੇ ਅੱਜ ਇਹ ਵੱਡੀ ਖਬਰ ਜਥੇਦਾਰ ਹਵਾਰਾ ਸਿੰਘ ਨੂੰ ਲੈ ਕੇ ਸਾਹਮਣੇ ਆਈ ਹੈ ਕਿ ਧਿਆਨ ਸਿੰਘ ਮੰਡ ਜਿਹੜੇ ਜਥੇਦਾਰ ਉਹ ਅੱਜ ਮਿਲਣ ਦੇ ਲਈ ਗਏ ਸੀ, ਪਰੰਤੂ ਜਗਤਾਰ ਸਿੰਘ ਹਵਾਰਾ ਦੇ ਨਾਲ ਜਿਹੜੀ ਮੁਲਾਕਾਤ ਆ ਨਹੀਂ ਹੋਈ, ਤੇ ਜਿਸ ਤੋਂ ਬਾਅਦ ਉਹ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਾਫੀ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਹੈ, ਪਰ ਜਗਤਾਰ ਸਿੰਘ ਹਵਾਰਾ ਦੇ ਨਾਲ ਉਹਨਾਂ ਦੀ ਮੁਲਾਕਾਤ ਕਿਉਂ ਨਹੀਂ ਹੋਈ, ਇਸ ਦਾ ਕੋਈ ਨਿੱਜੀ ਕਾਰਨ ਹਜੇ ਤੱਕ ਨਹੀਂ ਪਤਾ ਲੱਗਿਆ, ਤੇ ਇਹ ਵੱਡੀ ਖਬਰ ਹੈ ਜਿਹੜੀ ਅੱਜ ਸਾਹਮਣੇ ਆ ਰਹੀ ਹੈ। ਤੇ ਜਿਸ ਤੋਂ ਬਾਅਦ ਕਾਫੀ ਇਤਰਾਜ਼ ਵੀ ਜਤਾਇਆ ਗਿਆ, ਪਰੰਤੂ ਹਜੇ ਤੱਕ ਕੋਈ ਕਾਰਨ ਨਹੀਂ ਦੱਸਿਆ ਗਿਆ ਕਿ ਜਗਤਾਰ ਸਿੰਘ ਹਵਾਰਾ ਦੇ ਨਾਲ ਉਹਨਾਂ ਦੀ ਜਿਹੜੀ ਮੁਲਾਕਾਤ ਆ ਕਿਉਂ ਨਹੀਂ ਹੋਈ। ਤੇ ਸੂਤਰਾਂ ਮੁਤਾਬਕ ਵੱਡੀ ਖਬਰ ਆ ਸਾਹਮਣੇ ਆ ਰਹੀ ਹੈ, ਪਰੰਤੂ ਇਸ ਗੱਲ ਨੂੰ ਲੈ ਕੇ ਸਾਡਾ ਚੈਨਲ ਕੋਈ ਪੁਸ਼ਟੀ ਨਹੀਂ ਕਰਦਾ, ਤੇ ਇਹ ਵੱਡੀ ਖਬਰ ਹੈ ਜਿਹੜੀ ਅੱਜ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਬੀਤੇ ਦਿਨਾਂ ਤੋਂ ਹੀ ਜਥੇਦਾਰ ਹਵਾਰਾ ਸਿੰਘ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ, ਤੇ ਮੋਹਾਲੀ ਦੇ ਵਿੱਚ ਮੋਰਚਾ ਜਿਹੜਾ ਉਹ ਵੀ ਲਗਾਇਆ ਗਿਆ ਹੈ, ਤੇ ਸਿੰਘਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਆ ਜਿਹੜਾ ਸਰਕਾਰਾਂ ਦੇ ਖਿਲਾਫ ਕੀਤਾ ਗਿਆ, ਤੇ ਸਿੰਘਾਂ ਨੂੰ ਲੈ ਕੇ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ ਕਿ ਰਿਹਾ ਜਿਹੜੇ ਸਾਡੇ ਸਿੰਘ ਆ ਕੀਤੇ ਜਾਣ। ਅਤੇ ਅੱਜ ਇਹ ਵੱਡੀ ਖਬਰ ਜਥੇਦਾਰ ਹਵਾਰਾ ਸਿੰਘ ਨੂੰ ਲੈ ਕੇ ਸਾਹਮਣੇ ਆਈ ਹੈ ਕਿ ਧਿਆਨ ਸਿੰਘ ਮੰਡ ਜਿਹੜੇ ਜਥੇਦਾਰ ਉਹ ਅੱਜ ਮਿਲਣ ਦੇ ਲਈ ਗਏ ਸੀ, ਪਰੰਤੂ ਜਗਤਾਰ ਸਿੰਘ ਹਵਾਰਾ ਦੇ ਨਾਲ ਜਿਹੜੀ ਮੁਲਾਕਾਤ ਆ ਨਹੀਂ ਹੋਈ, ਤੇ ਜਿਸ ਤੋਂ ਬਾਅਦ ਉਹ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਾਫੀ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਹੈ, ਪਰ ਜਗਤਾਰ ਸਿੰਘ ਹਵਾਰਾ ਦੇ ਨਾਲ ਉਹਨਾਂ ਦੀ ਮੁਲਾਕਾਤ ਕਿਉਂ ਨਹੀਂ ਹੋਈ, ਇਸ ਦਾ ਕੋਈ ਨਿੱਜੀ ਕਾਰਨ ਹਜੇ ਤੱਕ ਨਹੀਂ ਪਤਾ ਲੱਗਿਆ, ਤੇ ਇਹ ਵੱਡੀ ਖਬਰ ਹੈ ਜਿਹੜੀ ਅੱਜ ਸਾਹਮਣੇ ਆ ਰਹੀ ਹੈ।